ਧੰਨਵਾਦ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਹੁਣ ਮੈਂ ਬੇਨਤੀ ਕਰੂੰਗਾ ਬਲਵਿੰਦਰ ਬੇਟਾ ਜੀ 3 ਮਿੰਟ ਦੇ ਵਿੱਚ ਆਪਣੀ ਗੱਲ ਖਤਮ ਕਰਨਗੇ ਔਰ ਕਿਉਂਕਿ ਬਾਬਾ ਜਗਸੀਰ ਸਿੰਘ ਜੱਗੀ ਜੀ ਤੇ ਭੈਣ ਨੌਦੀਪ कौर ਤੇ ਇਹਦੇ ਨਾਲ ਹੀ ਇੱਕ ਹੋਰ ਕ੍ਰਾਂਤੀਕਾਰੀ ਸਾਡਾ ਪੱਤਰਕਾਰ ਮੰਦੀ ਇਸ ਕਰਕੇ ਜਦੋਂ ਵੀ ਉਹ ਆਉਂਦੇ ਨੇ ਅਸੀਂ ਪੂਰੇ ਜੋਸ਼ ਨਾਲ ਉਹਨਾਂ ਦਾ ਸਵਾਗਤ ਕਰਾਂਗੇ ਤੇ ਮੈਂ ਬੇਨਤੀ ਕਰਦਾ ਬੇਟਾ ਜੀ ਨੂੰ परमstdcार जोग संयुक्त किसान मोर्चे ਦੇ ਆਗੂ ਸਹਿਬਾਨ ਅਤੇ ਸਤਗੁਰੂ ਰਵਿਦਾਸ ਧਰਮ ਸਮਾਜ ਦੇ ਉਹਦੇ ਆਦਾਰ ਸਹਿਬਾਨ ਬੜੀ ਖੁਸ਼ੀ ਹੋਈ ਹੈ ਕਿ ਇਸ ਮੰਚ ਤੋਂ ਸਾਹਿਬੇ ਕਮਾਲ ਜਗਤ ਗੁਰੂ ਕ੍ਰਾਂਤੀਕਾਰੀ ਸਤਗੁਰੂ ਰਬੀਦਾਸ ਮਹਾਰਾਜ ਜੀ ਦਾ 644ਵਾਂ ਆਗਮਨ ਪੂਰਵ ਮਨਾਇਆ ਜਾ ਰਿਹਾ ਹੈ ਬਧਾਈ ਦੇ ਪਾਤਰ ਹੈ ਕਿਉਂਕਿ ਅਵਤਾਰੀ ਦਿਨ ਆਗਮਨ ਪੂਰਵ ਉਹਨਾਂ ਦੇ ਮਨਾਏ ਜਾਂਦੇ ਆ ਜੋ ਕੌਮ ਦੇ ਨਾਂ ਤੇ ਕੋਈ ਨਾ ਕੋਈ ਸੰਦੇਸ਼ ਦੇ ਕੇ ਜਾਂਦੇ ਆ ਕਿਉਂਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਨੀਚਾ ਅੰਦਰ ਨੀਚ ਜਾਤ ਨੀਵੀਂ ਹੋਤ ਨੀਚ ਨਾਨਕ تن ਕੇ ਸੰਗ ਸਾਥ ਬੜਿਆਂ ਸੋ ਕਿਆ ਰੀਸ ਇਹ ਪਰਮ ਪਿਤਾ ਪਰਮਾਤਮਾ ਸਹਬੇ ਕਮਾਲ ਔਰ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਆ ਕਿ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਇਹ ਗੱਲ ਕਿਉਂ ਕਹਿਣੀ ਪਈ ਇਹ ਕਿਉਂ ਕਹਿਣੀ ਪਈ ਕਿਉਂਕਿ ਸਾਡੇ ਸਤਿਗੁਰੂ ਰਵਿਦਾਸ ਧਰਮ ਸਮਾਜ ਦਾ ਸੰਕਲਪ ਹੈ ਕਿ ਸਭੇ ਸਾਂਝੀ ਬਾਲਸ ਦੇਣ ਕੋਈ ਨਾ ਦਿਸੇ ਬਾਰਾ ਜੀਓ ਇਸ ਸੰ다ਸ ਨੂੰ ਲੈ ਕੇ ਅਸੀਂ ਚੱਲੇ ਆਂ ਇਸ ਮਿਸ਼ਨ ਨੂੰ ਲੈ ਕੇ ਚੱਲੇ ਆ ਜੇ ਇਸ ਸਿਧਾਂਤ ਨੂੰ ਲੈ ਕੇ ਚੱਲੇ ਆ ਉਹੀ ਬਦੌਲਤ ਉਸ ਦੀ ਬਦੌਲਤ ਅਸੀਂ ਅੱਜ ਸੰਯੁਕਤ ਇੰਟਰਨੈਸ਼ਨਲ ਸਟੇ ਤੇ ਬੈਠੇ ਆ ਕਿਉਂ 1925 1920 ਦੇ ਅੰਦਰ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀ ਰੱਖੀ ਗਈ ਸੀ ਹੋ ਇਸ ਕਰਕੇ ਰੱਖੀ ਸੀ ਕਿ ਪੰਝਮ ਪਾਸ਼ਾ ਗੁਰੂਗ ਪੰਜ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਔਰ ਆਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਸਾਰਿਆਂ ਦਾ ਇੱਕ ਸਾਗਰ ਇੱਕ ਸਮੁੰਦਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰ ਦਿੱਤੀ ਸੀ ਔਰ ਜਦੋਂ ਪਤਾ ਲੱਗਿਆ ਮਨੁਬਾਦੀ ਬਵਸਤਾ ਦੇ ਲੋਕਾਂ ਨੂੰ ਕਿ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਰਹੇ ਆ ਪੰਜ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਇਕੱਠੇ ਕਰ ਦਿੱਤਾ ਜਦੋਂ ਮਨੁਭਾਦੀ ਬਵਸਤਾ ਦੇ ਲੋਕਾਂ ਨੂੰ ਪਤਾ ਲੱਗਿਆ ਉਹਨੇ ਇਹਨਾਂ ਦੇ ਪੈਰਲਲ 1925 ਦੇ ਅੰਦਰ ਆਰਐਸਐਸ ਦੀ ਸਥਾਪਨਾ ਕਰ ਦਿੱਤੀ ਕਿੱਥੇ ਖੜੇ ਆ ਅਸੀਂ ਕਿਉਂਕਿ ਆਰਐਸਐਸ ਇਸ ਦੇਸ਼ ਦੀ ਸਾਨੂੰ ਅਤਵਾਦੀ ਕਹਿੰਦੇ ਆ ਡਾਕਟਰ ਸਾਹਿਬ ਬੋਲ ਕੇ ਗਏ ਆ ਅਖਬਾਰਾਂ 'ਚ ਵੀ ਪੜਿਆ ਨੈਸ਼ਨਲ ਚੈਨਲਾਂ 'ਤੇ ਵੀ ਜਿਹੜੇ ਨੈਸ਼ਨਲ ਗੋਦੀ মিডিਆ ਮੋਦੀ ਦਾ ਜਿਹੜਾ ਗੋਦੀ ਦੇ ਵਿੱਚ ਬੈਠਾ ਮੋਦੀ ਦੇ ਔਰ ਜੋ ਕਹਿੰਦਾ ਉਹ ਕਹਿੰਦੇ ਆ ਪਰ ਉਹਨਾਂ ਨੇ ਵੀ ਸਾਨੂੰ ਇਸ ਆਪਣੇ ਨੈਸ਼ਨਲ ਚੈਨਲਾਂ ਤੋਂ ਸਾਨੂੰ ਅੱਤਵਾਦੀ ਦਾ اقرار ਦਿੱਤਾ ਅੱਤਵਾਦੀ ਬਣੇ ਨਹੀਂ ਪਰ ਇਸ ਮੰਚ ਤੋਂ ਮੈਂ ਕਹਿ ਦੇਣਾ ਚਾਹੁੰਦਾ ਕਿ ਦੇਸ਼ ਦੇਸ਼ ਦੇ ਅੰਦਰ ਬਖਵਾਦੀ ਔਰ ਅੱਤਵਾਦੀ ਆ ਸਭ ਤੋਂ ਜ਼ਿਆਦਾ ਖਤਰਨਾਕ ਹੈ ਇਸ ਦੇਸ਼ ਦੀ ਆਰਐਸਐਸ ਹੈ ਇਸ ਦੇਸ਼ ਦੀ ਆਰਐਸਐਸ ਹੈ ਕਿਉਂਕਿ ਆਰਐਸਐਸ ਨੇ ਉਹ ਕੰਮ ਕੀਤੇ ਆ ਕਿਉਂਕਿ ਦੇਸ਼ ਦੇ ਅੰਦਰ ਜੇ ਗੋਧਰਾ ਕਾਂਡ ਹੋਇਆ ਜੇ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀਗਾ ਤੇ ਇੱਕ ਟਲ ਬਿਹਾਰੀ ਬਾਜਪਈ ਆਰਐਸਐਸ ਦਾ ਬੰਦਾ ਕਹਿੰਦਾ ਸੀਗਾ ਕਹਿੰਦਾ 인ਦਰਾ ਗਾਂਧੀ ਆ ਜਿਹੜੀ ਇਹ ਚੰਡੀ ਦਾ ਰੂਪ ਹੈ ਮੈਂ ਵਧਾਈ ਦਿੰਦਾ ਆ ਕਿਉਂ ਕਿ ਟਲ ਬਿਹਾਰੀ ਬਾਜਪਈ 1925 ਦੇ ਵਿੱਚ ਜਦੋਂ ਆਰਐਸਐਸ ਦੀ ਨੀ ਰੱਖੀ ਉਹ ਪਹਿਲੇ ਮੈਂਬਰਾਂ ਦੇ ਵਿੱਚੋਂ ਇੱਕ ਸੀ ਇਸ ਕਰਕੇ ਉਹਨਾਂ ਦੀ ਮਾਨਸਿਕ ਤਦਾਦ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਸਤਿਕਾਰਯੋਗ ਸਾਥੀਓ ਮੈਂ ਆਪਣੇ ਸਤਿਗੁਰੂ ਰਵੀਦਾਤ ਧਰਮ ਸਮਾਜ ਰਜਿਸਟਰ ਸਰਤਸ ਪੰਜਾਬ ਵੱਲੋਂ ਮੈਂ ਤੁਹਾਨੂੰ ਇਸ ਮੰਚ ਤੋਂ ਬਸ਼ਵਾਸ ਦੁਆਦੇ ਆ ਜਿੱਥੇ ਤੁਹਾਡਾ ਪਸੀਨਾ ਡੁੱਲੇਗਾ ਉੱਥੇ ਸਤਿਗੁਰੂ ਰਵਿਦਾਸ ਧਰਮ ਸਮਾਦ ਦੇ ਬਰਕਰਾਂ ਦਾ ਖੂਨ ਡੁੱਲੇਗਾ ਬੋਲੇ ਖੂਨ ਡੁੱਲੇਗਾ ਕਿਉਂਕਿ ਅਸੀਂ ਉਸ ਸੰਧਾਤ ਨੂੰ ਲੈ ਕੇ ਚੱਲੇ ਸਭੇ ਸਾਂਝੀ ਬਾਲਸ ਦੇਣ ਕੋਈ ਨਾ ਦਿਸੇ ਬਾਰਾ ਜੀਓ ਅਸੀਂ ਸਾਰਿਆਂ ਨੇ ਇੱਕ ਇਹਦਾ ਸਬੂਤ ਦੇ ਕੇ ਇਹ ਜਿਹੜਾ ਮੰਚ ਤੋਂ ਤੁਸੀਂ ਇਹ ਪ੍ਰੋਗਰਾਮ ਬਹੁਤ ਵੱਡਾ ਇਤਿਹਾਸਕ ਫੈਸਲਾ ਲੈ ਕੇ ਇਹ ਪ੍ਰੋਗਰਾਮ ਕੀਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਕਿਉਂਕਿ ਇਹੀ ਰੀਤ ਅੱਜ ਤੋਂ ਅੱਜ ਦੀ ਡੇਟ ਅੱਜ ਦਾ ਸਮਾਂ ਅੱਜ ਦੀ ਤਰੀਕ ਨੋਟ ਕਰ ਲਓ ਅਸੀਂ ਪਿੰਡਾਂ ਦੇ ਵਿੱਚ ਵੀ ਜੇ ਸਾਡੇ ਆ ਜੇ ਸਤਿਗੁਰੂ ਰਵੀ ਦਾਸ ਧਰਮ ਸਮਾਜ ਨੂੰ ਤੁਹਾਡਾ ਸਹਿਯੋਗ ਮਿਲਿਆ ਅਸੀਂ ਸਿੱਧ ਕਰ ਦੇਾਂਗੇ ਔਰ ਪਿੰਡਾਂ ਦੇ ਵਿੱਚ ਜਾਤੀ ਦੇ ਆਧਾਰ ਤੇ ਕੋਈ ਸਮਸਾਨ ਘਾਟ ਨਹੀਂ ਹੋਵੇਗਾ ਕੋਈ ਜਾਤੀ ਦੇ ਆਧਾਰ ਤੇ ਗੁਰੂ ਕਰਨੇ ਹੀ ਹੋਵੇਗਾ ਇਹ ਤੁਹਾਨੂੰ ਸਤਿਗੁਰੂ ਵੀ ਦਾਸ ਮਹਾਰਾਜ ਜੀ ਦੇ ਜਿਹੜਾ ਸਤਿਗੁਰੂ ਵੀ ਦਾਸ ਧਰਮ ਸਮਾਜ ਹੈ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਇਸ ਗੱਲ ਦਾ ਇਹੀ ਇਹੀ ਗੱਲ ਮੈਂ ਕਹਿੰਦਾ ਹੋਇਆ ਆਪਣੇ ਵੱਲੋਂ ਆਪਣੀ ਬਾਣੀ ਨੂੰ ਬਰਾਮਦਿੰਦਾ ਜੈਪ ਹਿੰਮ ਜੈ ਭਾਰਤ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਦਾ ਬਾਏ ਗੁਰਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਧੰਨਵਾਦ ਬਲਵਿੰਦਰ